ਪਾਸੇ ਨੌਕਰੀਆਂ ਦੇਣ ਦਾ ਦਾਵਾ ਹੋ ਰਿਹਾ ਧੜਾ ਧੜ ਜਿਹੜੇ ਪੱਤਰ ਵੰਡੇ ਜਾ ਰਹੇ ਨੇ ਨਿਯੁਕਤੀ ਪੱਤਰ ਪਰ ਦੂਜੇ ਪਾਸੇ ਆંકੜੇ ਕੁਝ ਹੋਰ ਹੀ ਕਹਾਣੀ ਦੱਸ ਰਹੇ ਨੇ ਮੈਂਟੂ ਜੀ ਕੀ ਹੈ ਇਹ ਕਹਾਣੀ ਮੈਂ ਦੇਖੋ ਆંકੜਿਆਂ ਦੀ ਕਹਾਣੀ ਹਮੇਸ਼ਾ ਜਿਹੜੀ ਹੈ ਨਾ ਉਹ ਹਮੇਸ਼ਾ ਸਿਆਸਤ ਵਾਸਤੇ ਬੜੀ ਕਹਿ ਲਓ ਕਿ ਕਸੂਤੀ ਬਣ ਜਾਂਦੀ ਹੈ ਕਿਉਂਕਿ ਸਿਆਸਤ ਦੇ ਦਾਅਵੇ ਹੁੰਦੇ ਆ ਆંકੜਿਆਂ ਦੇ ਜਿਹੜੇ ਹੁੰਦੇ ਆ ਨਾ ਉਹ ਐਗਜ਼ੈਕਟ ਕਹਿ ਲਓ ਕਿ ਪੂਰੇ ਤੱਥ ਜਿਹੜੇ ਆ ਉਹ ਉਹਨਾਂ ਨੂੰ ਚੀਸ਼ਾ ਦਖਾ ਦਿੰਦੇ ਆ ਦਰਅਸਲ ਕੀ ਹੈ ਕਿ ਇੱਕ ਪਾਸੇ ਨੌکریاں ਦਿੱਤੀਆਂ ਵੀ ਜਾ ਰਹੀਆਂ ਨੇ ਡਾਊਟ ਮੈਂ ਮੰਨਦਾ ਕਿ ਸਰਕਾਰ ਨੌکریاں ਦੇ ਵੀ ਰਹੀ ਹੈ ਥੋੜੀਆਂ ਬਹੁਤ ਜਿੰਨੀਆਂ ਵੀ ਹੈ ਜਿੰਨੀ ਕੋਦੇ ਕੋਲ ਗੁਜਾਇਸ ਆ ਬਾਕੀ ਚਲੋ ਕੱਚਿਆਂ ਨੂੰ ਪੱਕੇ ਤੇ ਕਰਨ ਵਾਲਾ ਇਹ ਵੀ ਤੁਹਾਨੂੰ ਪਤਾ ਹੈ ਬੜਾ ਚੱਲਣ ਡਿਆ ਹੈ ਪਰ ਇਸ ਤੋਂ ਬਾਅਦ ਹੁਣ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਸੂਬੇ ਦੇ ਵਿੱਚ ਜਿਹੜੀਆਂ ਪਟਵਾਰੀਆਂ ਦੀਆਂ ਅਸਾਮੀਆਂ ਸੀਗੀਆਂ 4716 ਉਹਦੇ ਚੋਂ ਸਿੱਧੀਆਂ 1000 ਘਟਾਈ ਦਿੱਤੀਆਂ ਗਈਆਂ ਮਤਲਬ ਕਿ ਘਟਾ ਕੇ 3660 ਕੀਤੀਆਂ ਗਈਆਂ ਨੇ ਤਾਂ ਇਹ ਆਪਣੇ ਆਪ ਦੇ ਵਿੱਚ بڑا ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਦੇਖੋ ਸਾਡੇ ਲੋਕਾਂ ਦਾ ਹਮੇਸ਼ਾ ਇਹਦੇ ਤੇ ਇੱਕ ਨਜ਼ਰੀਆ ਹੁੰਦਾ ਹੈ ਕਿ ਜੀ ਕਰਪਸ਼ਨ ਕਰਦੇ ਨੇ ਇਹ ਇੱਕ ਪ੍ਰਸ਼ਾਸਕੀ ਵਿਸ਼ਾ ਹੈ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦੇ ਅਧਿਕਾਰ ਖੇਤਰ ਦਾ ਮਸਲਾ ਹੈ ਕਿ ਉਹਨੇ ਕ੍ਰਪਸ਼ਨ ਰੋਕਣੀ ਹੈ ਉਹਦਾ ਫਰਜ਼ ਵੀ ਬਣਦਾ ਹੈ ਕਿ ਸਿਸਟਮ ਨੂੰ ਇਸ ਤਰੀਕੇ ਦੇ ਨਾਲ ਉਹ ਸੰਚਾਲਿਤ ਕਰੇ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਕ੍ਰਪਸ਼ਨ ਕਰਨ ਤੋਂ ਡਰੇ ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਬਿਨਾਂ ਤੇ ਮਤਲਬ ਕਿ ਪਰਵਾਹ ਨਹੀਂ ਕਰਦੇ ਤਾਂ ਫਿਰ ਸਾਡੇ ਵਾਸਤੇ ਹੀ ਗਾਂ ਜਾ ਕੇ ਮੁਸ਼ਕਲ ਆਏਗੀ ਉਹ ਕਿਵੇਂ ਆਏਗੀ ਮੈਂ ਤੁਹਾਨੂੰ ਦੱਸ ਦੇਣਾ ਕਿ ਦੇਖੋ ਆਜ਼ਾਦੀ ਤੋਂ ਬਾਅਦ ਜੇ ਦੇਖੀਏ ਤਾਂ ਤਕਰੀਬਨ ਉਸ ਵੇਲੇ ਤੇ ਮਰੱਬਾਬੰਦੀ ਤੋਂ ਲੈ ਲੋ ਕਿ ਇੱਕ ਦੋ ਪਿੰਡਾਂ ਤੇ ਪਟਵਾਰੀ ਹੁੰਦਾ ਸੀ ਤੇ 3600 ਅੱਜ ਅੱਜ ਸਾਡੀ ਵਸੋਂ ਵਧ ਗਈ ਆ ਵੰਡ ਪੈ ਪੈ ਕੇ ਸਾਡੇ ਜਿਹੜੇ ਖਾਤੇ ਆ ਉਹ ਵਧ ਗਏ ਆ ਤੇ ਇਹ ਉਲਟਾ ਕਿਉਂ ਹੋ ਰਿਹਾ ਕਿ ਜਿੱਦਾਂ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਣਾ ਕਿ ਜਦੋਂ ਆ ਖਰਾਬ ਹੋਇਆ ਆ ਪਿਛੇ ਜਿਹੜੇ ਗੜੇ ਮਰੀ ਹੋਈ ਆ ਜੀ ਜੀ ਉਸ ਵੇਲੇ ਕੀ ਹੋਇਆ ਸੀ ਕਿ ਰਿਪੋਰਟਾਂ ਸਮੇਂ ਸਿਰ ਨਹੀਂ ਸੀ ਬਣ ਸਕੀਆਂ ਕਾਰਨ ਕਾਰਨ ਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਇਹ ਪਟਵਾਰੀ ਕਾਨੂੰਗੋ ਵਗੈਰਾ ਜਿਹੜੇ ਸੀਗੇ ਇਹ ਪੂਰੇ ਨਹੀਂ ਸੀਗੇ ਹੂੰ ਜਿਹਦੇ ਕਰਕੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਦੂਸਰੇ ਪਾਸੇ ਤੁਸੀਂ ਜਿਹੜੇ ਆ ਉਹ ਘਟਾ ਰਹੇ ਹੋ ਹੋਰ ਵੀ ਘਟਾ ਰਹੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਫਿਰ ਕੀ ਕਰਦੇ ਜਦੋਂ ਲੋਡ ਹੁੰਦੀ ਹੈ ਤੇ ਜਿਹੜੇ ਰਿਟਾਇਰ ਹੁੰਦੇ ਉਹਨਾਂ ਨੂੰ ਬੁਲਾ ਲੈਂਦੇ ਨੇ ਆ ਪਿਛਲੇ ਸਮੇਂ 'ਚ ਬੁਲਾਏ ਸੀਗੇ ਤਾਂ ਉਹ ਤਾਂ ਸਗੋਂ ਇੱਕ ਤਰ੍ਹਾਂ ਨਾਲ ਕਹਿ ਲਓ ਜਿਹੜਾ ਬੰਦਾ ਰਿਟਾਇਰ ਆ ਉਹਦਾ ਤਾਂ ਡਰ ਡਰ ਭੈ ਖਤਮ ਹੋਇਆ ਹੁੰਦਾ ਕਿ ਮੇਰਾ ਕੀ ਹੋ ਜਾਊਗਾ ਜਿਹਦੀ ਸਰਵਿਸ ਪਈ ਆ 20 ਸਾਲ 15 ਸਾਲ ਉਹ ਤਾਂ ਡਰਦਾ ਵੀ ਆ ਤਾਂ ਇਸ ਤਰ੍ਹਾਂ ਮਤਲਬ ਕਿ ਜਦੋਂ ਕੰਮ ਦਾ ਲੋਡ ਵਧੇਗਾ ਲੋਕਾਂ ਦੇ ਵਿੱਚ ਇਹ ਹੋੜ ਲੱਗੇ ਕਿ ਕਿ ਮੇਰਾ ਪਹਿਲਾ ਹੋ ਜਾ ਮੇਰਾ ਪਹਿਲਾ ਹੋ ਜਾ ਤਾਂ ਫਿਰ ਉਹਦੇ ਨਾਲ ਕਰਪਸ਼ਨ ਵੀ ਵਧੇਗੀ ਸਾਰਾ ਜੀ ਗੱਲ ਹੈ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਆਪਾ ਵਿਰੋਧੀ ਜਿਹਾ ਮਸਲਾ ਬਣ ਜਾਂਦਾ ਆ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ ਨੌਕਰੀਆਂ ਅਸੀਂ ਦੇਣੀਆਂ ਨੇ ਤਾਂ ਦੂਸਰੇ ਪਾਸੇ ਜਿਹੜੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੇ ਉਹ ਵੀ ਤੁਸੀਂ ਕੱਟ ਕਰ ਰਹੇ ਹੋ ਸੋ ਇਸ ਕਰਕੇ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਰੋਜ਼ਗਾਰ ਵੀ ਮੁਹੱਈਆ ਤੁਹਾਨੂੰ ਕਰਵਾਉਣਾ ਪਵੇਗਾ ਤੁਹਾਨੂੰ ਰੋਜ਼ਗਾਰ ਪੈਦਾ ਵੀ ਕਰਨਾ ਪਵੇਗਾ ਪਰ ਜੇ ਤੁਸੀਂ ਇੱਕ ਪਾਸੇ ਤੇ ਚਮਕਾ ਰਹੇ ਹੋ ਬੋਰਡ ਤੇ ਅਸੀਂ ਇੰਨੇ ਹਜ਼ਾਰ ਨੂੰ ਜੌਬ ਦੇ ਦਿੱਤੀ ਇੰਨੇ ਨੂੰ ਅਸੀਂ ਪੱਕਿਆਂ ਕਰ ਦਿੱਤਾ ਪਰ ਦੂਸਰੇ ਪਾਸੇ ਜਿਹਦੇ ਖੇਤਰ ਦੇ ਵਿੱਚ ਮਨਜ਼ੂਰਸ਼ੁਦਾ ਸਾਮੀਆਂ ਵਧਾਉਣ ਦੀ ਸਮਾਂ ਦੀ ਜ਼ਰੂਰਤ ਆ ਉਹਨੂੰ ਤੁਸੀਂ ਇੰਨਾ ਕੱਟ ਲਾ ਦਿਓ ਕਿ 4716 ਤੋਂ ਸਿੱਧਾ 3660 ਤੇ ਲੈ ਆਓ ਤਾਂ ਮੇਰੇ ਖਿਆਲ ਦੇ ਨਾਲ ਇਹ ਵੈਸੇ ਵੀ ਵੈਸੇ ਵੀ ਆ ਜੱਜ ਦੀ ਗੱਲ ਨਹੀਂ ਹੈ ਕਿਉਂਕਿ ਗਾਹ ਕਿਸਾਨਾਂ ਨੂੰ ਬਹੁਤ ਜ਼ਬਰਦਸਤ ਪਰੇਸ਼ਾਨੀ ਹੋਏਗੀ ਤੇ ਤੁਹਾਨੂੰ ਵੀ ਹੋਏਗੀ ਕਿਸੇ ਵੇਲੇ